ਕੋਵਿਡ-19 ਪੈਂਡੈਮਿਕ ਦਾ ਅਸਰ ਵੱਖ-ਵੱਖ ਇੰਡਸਟਰੀਆਂ 'ਸਣੇ ਪਰਫਾਰਮਿੰਗ ਆਰਟਸ ਦੇ ਖੇਤਰ ਉਤੇ ਵੀ ਪਿਆ ਹੈ ਕਿਸ ਤਰ੍ਹਾਂ ਦਾ ਆਰਥਿਕ ਸੰਕਟ ਐ ਸੈਕਟਰ ਛੇਲ ਰਿਹਾ ਹੈ ਇਸ ਸੰਬੰਧੀ ਪੇਸ਼ ਹੈ ਇੱਕ ਖਾਸ ਰਿਪੋਰਟ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਦੁਨੀਆ ਭਰ ਦੇ ਕਲਾਕਾਰ ਲੋਕ ਖਾਸ ਕਰਕੇ ਜਿਹੜੇ ਪਰਫਾਰਮਿੰਗ ਆਰਟਸ ਫਿਲਮਾਂ ਜਾਂ ਰੰਗਮંચ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਵੀ ਇਸ ਦੀ ਆਰਥਿਕ ਤੌਰ ਤੇ ਵੱਡੀ ਮਾਰ ਦਾ ਸਾਹਮਣਾ ਕਰਨਾ ਪਿਆ ਹੈ ਇਹਨਾਂ ਲੋਕਾਂ ਦੀ ਕਿਵੇਂ ਮਦਦ ਕੀਤੀ ਜਾਣੀ ਹੈ ਤੇ ਆਉਂਦਾ ਪੁਵਿੱਖ ਇਨ ਪਰਫਾਰਮਿੰਗ ਆਰਟਸ ਦਾ ਕਿਸ ਤਰ੍ਹਾਂ ਦਾ ਹੋ ਸਕਦਾ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਦਲਵਿੰਦਰ ਸਿੰਘ ਮਲਤਾਨੀ ਇਹ ਇੰਟਰਨੈਸ਼ਨਲ ਸਿੱਖ ਹੈਰੀਟੇਜ ਐਸੋਸੀਏਸ਼ਨ ਦੇ ਡਾਇਰੈਕਟਰ ਵੀ ਨੇ ਮਲਤਾਨੀ ਸਾਹਿਬ ਤੁਸੀਂ ਇਹ ਸਾਰੇ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਬਹੁਤ ਸਾਰੇ ਲੋਕ ਖਾਸ ਕਰਕੇ ਮੰਚ ਨਾਲ ਜੁੜੇ ਹੋਏ ਔਰ ਉਹ ਪੂਰੇ ਕਲਾਕਾਰ ਲੋਕ ਜਿਹੜੇ ਨੇ ਜਿਨ੍ਹਾਂ ਨੇ ਥੀਏਟਰ ਦੇ ਨਾਲ ساری ਜ਼ਿੰਦਗੀ ਸਮਰਪਿਤ ਕਰ ਦਿੱਤੀ ਉਹਨਾਂ ਨੂੰ ਵੀ ਇਹਨਾਂ ਵੱਡੀਆਂ ਮੁਸ਼ਕਲਾਂ ਆਰਥਿਕ ਤੌਰ ਤੇ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿਹਨਾਂ ਦਾ ਧੰਦਾ ਹੀ ਸੀ ਹੈ ਜਿਹਨਾਂ ਦਾ ਰੋਟੀ ਪਾਣੀ ਇਤੋਂ ਚੱਲਦਾ ਸੀ ਉਹਨਾਂ ਲਈ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ ਤੇ ਉਹਦੇ ਲਈ ਅਸੀਂ ਕੀ ਕੀਤਾ ਕਿ ਪਿਛਲੇ ਕੋਈ ਦੋ ਤਿੰਨ ਮਹੀਨਿਆਂ ਚ ਅਸੀਂ ਇੰਟਰਨੈਸ਼ਨਲੀ ਜਿਹੜੇ ਹਿੰਦੁਸਤਾਨ ਦੇ ਮਨੇ ਪਰਚਨੈ ਥੀਏਟਰ ਦੇ ਡਾਇਰੈਕਟਰ ਨੇ ਜਾਂ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਐਕਟਰ ਨੇ ਉਹਨਾਂ ਨਾਲ ਜਿਹੜੇ ਅਸੀਂ ਵਿਚਾਰ-ਵਟਾਂਦਰਾ ਕਰਦੇ ਰਹੇ ਆਂ ਤੇ ਉਹਨਾਂ ਉਹਨਾਂ ਨੂੰ ਫਿਰ ਲਿਆ ਕੇ ਤੇ ਇੱਥੇ ਤੇ ਲੋਕ ਜਿਹੜੇ ਨੇ ਸਾਡੇ ਨਾਲ ਜਿਹੜੇ ਜੁੜੇ ਨੇ theater ਦੇ ਲੋਕ ਆ ਕੇ ਉਹਨਾਂ ਨੂੰ ਅਸੀਂ ਆਨਲਾਈਨ ਮਿਲਵਾਈਦਾ ਤੇ ਉੱਥੋਂ ਅਸੀਂ ਫੰਡਰੇISING ਕਰੀਦੀ ਆ ਉੱਥੇ ਡਿਸਕਸ਼ਨਸ ਕਰਕੇ ਲੋਕਾਂ ਨੂੰ ਮੌਕਾ ਮਿਲੇ ਉਹਨਾਂ ਨੇ ਇੰਟਰੈਕਟ ਕਰਨ ਦਾ ਉਹਨਾਂ ਨੂੰ ਸਵਾਲ ਪੁੱਛਣ ਦਾ ਤੇ ਉੱਥੋਂ ਫੰਡਰੇISING ਕਰਕੇ ਤੇ ਅਸੀਂ ਉਹਨਾਂ ਨੂੰ ਜਿਹੜਾ ਨੇ ਪੈਸੇ ਭੇਜਣ ਦੀ ਕੋਸ਼ਿਸ਼ ਕਰਨ ਆ ਤੇ ਇਸ ਤਰ੍ਹਾਂ ਉਹਨਾਂ ਦੀ ਥੋੜੀ ਮਦਦ ਹੋ ਸਕੇ ਤੁਸੀਂ ਕਿਵੇਂ ਦੇਖਦੇ ਹੋ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਟੀਵੀ ਨਾਲ ਜੁੜ ਕੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਇਹ ਨਾਟਕ ਖੇਡੇ ਜਾਂਦੇ ਸੀਗੇ ਰੰਗਮੰਚ ਦੀ ਦੁਨੀਆ ਇਸ ਤਰ੍ਹਾਂ ਦਾ ਇਹ ਸਾਰਾ ਕੁਝ ਵਾਪਸ ਆਵੇਗਾ ਕਿ ਬਦਲ ਦਾ ਰੂਪ ਇਹਨੂੰ ਦੇਖਦੇ ਹੋ ਤੁਸੀਂ ਸ਼ਾਰਟ ਫਿਲਮਾਂ ਜਿਹੜੀਆਂ ਨੇ ਹੋਰ ਵੱਡੇ ਪੱਧਰ ਤੇ ਬਣ ਗਈਆਂ ਔਰ ਲੋਕ ਇਹਨੂੰ ਦੇਖਣਗੇ ਨਾਟਕ ਜਿਹੜਾ ਜੀ ਨਾਟਕ ਜਾਣ ਵਾਲਾ ਨਹੀਂ ਹੈਗਾ ਨਾਟਕ ਹੁੰਦਾ ਰਹੇਗਾ ਭਾਵੇਂ ਕੁਝ ਵੀ ਹੋ ਜਾਏ ਨਾਟਕ ਹੁੰਦਾ ਰਹੇਗਾ ਕਿ ਨਾਟਕ ਦੀ ਆਡੀਅנס ਹੈਗੀ ਹੈ ਤੇ ਜਿਹੜੀ ਨਾਟਕ ਦੀ ਆਡੀਅੰਸ ਹੈਗੀ ਆ ਉਹ ਨਾਟਕ ਹੀ ਮੰਗਦੀ ਆ ਹਾਂਜੀ ਹੁਣ ਥੋੜਾ ਜਿਹਾ ਮਾੜਾ ਵਕਤ ਆਇਆ ਤੇ ਉਹਦੇ ਲਈ ਵੀ ਜਿਹੜਾ ਹੈਗਾ ਅਸੀਂ ਬੜਾ ਕੁਝ ਕੀਤਾ ਹੈ ਅਸੀਂ ਜਿਹੜੇ ਸਾਡੇ ਪੁਰਾਣੇ ਨਾਟਕ ਸੀ ਉਹਨਾਂ ਨੂੰ ਫੇਸਬੁੱਕ ਲਾਈਵ ਤੇ ਸਕੇਜੂਲ ਕਰਕੇ ਦਿਖਾਉਂਦੇ ਰਹੇ ਆ ਅਸੀਂ ਉਹਨਾਂ ਪ੍ਰੀਮੀਅਰ ਕਰਦੇ ਰਹੇ ਆ ਤੇ ਬੜੇ ਬੜੇ ਲੋਕਾਂ ਨੇ ਦੁਨੀਆ ਚ ਦੂਜੇ ਮੁਲਕਾਂ ਚ ਇੰਗਲੈਂਡ ਚ ਆਸਟ੍ਰੇਲੀਆ ਚ ਕੈਨੇਡਾ ਚ ਉਹ ਲੋਕ ਜਿਹੜੇ ਨੇ ਨਾਟਕ ਸਾਡੇ ਸਾਡੇ ਦੇਖੇ ਨੇ ਉਹਨਾਂ ਨੇ ਸੋ ਇਸ ਤਰ੍ਹਾਂ ਐਕਟੀਵਿਟੀ ਜਿਹੜੀ ਆ ਬੰਦ ਨਹੀਂ ਹੋਈ ਪਰ ਉਹਦਾ ਜਿਹੜਾ ਰੂਪ ਥੋੜਾ ਜਿਹਾ ਬਦਲ ਗਿਆ ਪਰ ਜਿਹੜਾ ਸਟੇਜ ਤੇ ਦੇਖਣ ਦਾ ਲੋਕਾਂ ਨੂੰ ਠਰਕਾ ਹੈਗਾ ਨਾ ਉਹ ਉਹ ਖਤਮ ਨਹੀਂ ਹੋਣ ਵਾਲਾ ਜੀ ਉਹ ਉਹ ਹੁੰਦਾ ਰਹਿਣਾ ਇਹ ਹੁਣ ਥੋੜਾ ਜਿਹਾ ਟੈਂਪਰੇਰੀ ਕੰਮ ਹੈਗਾ ਹੋਰ 6 ਮਹੀਨੇ ਸਾਲ ਲੱਗ ਜਾਏਗਾ ਇਹਨੂੰ ਜਾਂਦਿਆਂ ਤੇ ਤੁਸੀਂ ਵੇਖੋ ਕਿ ਨਾਟਕ ਜਿਹੜਾ ਹੈ ਦੁਬਾਰਾ ਜਿਹੜਾ ਉਹ ਹੋ ਜਾਏਗਾ ਮੈਂ ਖੁਦ ਜਿਹੜਾ ਇੱਕ ਇੱਕ ਨਾਟਕ ਅਡਾਪਟ ਕਰ ਰਿਹਾ ਆਪਣਾ ਮਰਾਠੀ ਤੋਂ ਹਿੰਦੀ 'ਚ ਤੇ ਉਹ ਮੈਂ ਅੱਧਾ ਕਿ ਲਿਖਦਾ ਤੇ ਅੱਧਾ ਕਿ ਰਹਿੰਦਾ ਉਹਦਾ ਸਾਡਾ ਪਲਾਨ ਸੀ ਅਕਤੂਬਰ 'ਚ ਕਰਨ ਦਾ ਤੇ ਹੁਣ ਅਕਤੂਬਰ 'ਚ ਹੋ ਨਹੀਂ ਸਕਦਾ ਪਰ ਅਸੀਂ ਅਗਲੇ ਸਾਲ ਉਹ ਨਾਟਕ ਜ਼ਰੂਰ ਕਰਾਂਗੇ ਬਹੁਤ ਸ਼ੁਕਰੀਆ ਜਿਵੇਂ ਮਲਤਾਨੀ ਜੀ ਨੇ ਗੱਲ ਕੀਤੀ ਆ ਕਿ ਰੰਗਮੰਚ ਦਾ ਜਾਂ ਪਰਫਾਰਮਿੰਗ ਆਰਟਸ ਦਾ ਪੁਵਿੱਖ ਜਿਹੜਾ ਹੈ ਉਹ ਅਜਈਆਂ ਚੀਜ਼ਾਂ ਨਾਲ ਖਤਮ ਹੋਣ ਵਾਲਾ ਨਹੀਂ ਲੋੜ ਹੈ ਕਿ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਵਾਪਸ ਪਰਤ ਕੇ ਸਾਡੇ ਲੋਕਾਂ ਨੂੰ ਮੁੜ ਜਿਹੜੀ ਇਹ ਵਿਧਾ ਆ ਇਹਦੇ ਨਾਲ ਇਹ ਸਾਨੂੰ ਫਿਰ ਮਨੋਰੰਜਿਤ ਕਰ ਸਕਣ ਤੇ ਸਾਨੂੰ ਜਿਹੜੇ ਜ਼ਿੰਦਗੀ ਦੀਆਂ ਘਟਨਾਵਾਂ ਨੇ ਉਹਦੇ ਨਾਲ ਕਿਸ ਤਰ੍ਹਾਂ ਨਾਲ ਵਬਸਤਾ ਹੋਣਾ ਹੈ ਕਿਸ ਤਰ੍ਹਾਂ ਦੇ ਇਹਨਾਂ ਦੇ ਹੱਲ ਕੱਢਣੇ ਨੇ ਉਹਦੇ ਨਾਲ ਜੋੜ ਸਕਣ ਸੁਖਪਾਲ ਸਿੰਘ ਤਨਵਾ ਵਾਸ਼ਿੰਗਟਨ ਡੀਸੀ ਬਿਊਰੋ ਪੀਟੀਸੀ ਨਿਊਜ਼